ਆਪਣਾ ਜੀ? ਮੇਰਾ ਨਾਮ ਭਵਿੰਦਰ ਸਿੰਘ ਆ, ਉਹਦਾ ਮੇਰਾ ਜ਼ਿਆਦਾ ਨਾਂ ਤੇ ਮਾਣਾ ਨੇ ਫਿਰ ਜੀ ਗੁਰੂ ਸਾਹਿਬ ਮਾਣਾ ਲਵਾਈ ਜਾਂਦੇ ਮੈਨੂੰ। ਜਿਹੜੇ ਨੌਜਵਾਨ ਦੇ ਇੱਥੋਂ ਹੀ ਕੀ ਲੱਗਦੇ ਸਾਡਾ? ਉਹ ਆਪਣਾ ਰਾਜਵੀਰ ਨੇ ਮੇਰਾ ਬੇਟਾ ਵੱਡਾ ਜੀ, ਇੱਕੋ ਬੇਟਾ ਵਾ। ਅੱਛਾ ਜੀ। ਇੱਕੋ ਬੇਟੀ ਹੈ ਜੀ, ਅਤੇ ਉਹ ਕੁਛ ਸਾਲਾਂ ਤੋਂ ਨਸ਼ੇ ਦਾ ਹੁਣ ਆਦੀ ਸੀ, ਅਤੇ ਨਸ਼ਾ ਜਿਹੜਾ ਸੀ ਉਹ 5-6 ਮਹੀਨੇ ਛੱਡ ਚੁੱਕਾ ਸੀ ਉਹ, ਅਤੇ ਪੂਰਾ ਜਵਾਨ ਹੋ ਗਿਆ ਸੀ, ਪੂਰਾ 110 ਕਿਲੋ ਦਾ ਵਜ਼ਨ ਹੋ ਗਿਆ ਸੀ। ਅਤੇ ਮੈਂ ਇਹਨੂੰ ਇਹੋ ਨਾ ਗੁੜਿਆ ਕਿਸੇ ਨਿਆਣੇ ਦੇ ਤੂੰ ਹੱਥ ਨਾ ਚੜ ਜਾਈ ਕਿਸੇ ਮਰੀਜ਼ ਦੇ, ਅਤੇ ਨਸ਼ਾ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੜਿਆ ਹੋਇਆ ਵਾ, ਹਰ ਪਿੰਡ ਦੇ ਵਿੱਚ ਵੜਿਆ, ਹਰ ਸ਼ਹਿਰ ਦੇ ਵਿੱਚ ਵੜਿਆ, ਅਤੇ ਪ੍ਰਸ਼ਾਸਨ 'ਤੇ ਕੋਈ ਸ਼ਿਕਾਇਤ ਨਹੀਂ, ਨਾ ਤਾਂ ਗੌਰਮੈਂਟ ਪਿਛਲੀ ਸਰਕਾਰ ਨੇ ਅਕਾਲੀ ਸਰਕਾਰ ਨੇ ਕੀਤਾ, ਅਤੇ ਨਾ ਹੀ ਕਾਂਗਰਸ ਨੇ ਕੀਤਾ। ਮੈਂ ਕਾਂਗਰਸੀ ਬੰਦਾ, ਮੈਂ ਕਾਂਗਰਸ ਦੇ ਵਿੱਚ ਰਹਿ ਕੇ ਰਮਨਜੀਤ ਸਿੱਖੀ ਨੂੰ ਇਹ ਗੱਲ ਮੈਂ ਕਹੀ ਸੀ, ਮੈਂ ਇਹਨੂੰ ਆਖਿਆ ਸੀ ਵੀ ਜੇ ਤਾਂ ਗੌਰਮੈਂਟ ਨੇ ਨਸ਼ੇ ਮੁਕਾਉਣੇ ਆ ਅਤੇ ਫਿਰ ਗੱਲ ਕਰਿਓ। ਉਹਨੇ ਮੈਨੂੰ ਇੱਕੋ ਗੱਲ ਕੀਤੀ ਸੀ ਵੀ ਮੈਂ ਤਰੇ ਖਡੂਰ ਸਾਹਿਬ ਦੇ ਵਿੱਚੋਂ ਨਸ਼ੇ ਪਹਿਲੋਂ ਖਤਮ ਕਰੂੰਗਾ, ਪਰ ਉਹਨਾਂ ਜਦੋਂ ਸਰਕਾਰ ਹੋਈ, ਸਰਕਾਰ ਆਈ ਉਹਨਾਂ ਦੀ, ਅਤੇ ਮੁੜ ਕੇ ਉਹਨਾਂ ਨੇ ਆਪਣਾ ਹੀ ਰੋਟੀਆਂ ਸੇਕੀਆਂ, ਆਪਣੇ ਕਾਰੋਬਾਰ ਚਲਾਏ, ਆਪਣੀਆਂ ਇਹਨਾਂ ਸ਼ਰਾਬਾਂ ਵੇਚੀਆਂ, ਆਪਣੀਆਂ ਇਹਨਾਂ ਫੈਕਟਰੀਆਂ ਚਲਾਈਆਂ, ਆਪਣਾ ਹੀ ਸਭ ਕੁਝ ਕਰਦੇ ਆ। ਜੋ ਨਸ਼ੇ ਦਾ ਪ੍ਰੋਗਰਾਮ ਅੱਜ ਦੌਰ ਚੱਲ ਰਿਹਾ ਨਾ ਖਡੂਰ ਸਾਹਿਬ ਦੇ ਇਲਾਕੇ ਦੇ ਵਿੱਚ, ਤੁਹਾਨੂੰ ਅਸੀਂ ਦੱਸ ਨਹੀਂ ਸਕਦੇ। ਆਪ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ 1.5 ਸਾਲ ਦੀ ਕਿਸ ਤਰ੍ਹਾਂ ਦੇਖਦੇ ਹੋ? ਇਹਨਾਂ ਦੇ ਵਿੱਚ ਤਾਂ ਮੈਂ ਤਾਂ ਕਾਫੀ ਜਿਹੜੀ ਆ ਪੂਰਾ ਜ਼ੋਰ ਆ ਜੀ, ਅੱਗੇ ਨਾਲੋਂ ਜ਼ਿਆਦਾ ਹੋ ਗਏ ਜੀ। ਅੱਗੇ ਤਾਂ 500-1000 ਰੁਪਈਏ ਦਾ ਵਿਕਦਾ ਸੀ, ਹੁਣ 300-350 ਰੁਪਈਏ ਦੀ ਪੁੜੀਆਂ, ਟੀਕੇ, ਗੋਲੀਆਂ, ਸਮੈਕਾਂ, ਇਹ ਬਹੁਤ ਜ਼ਿਆਦੀਆਂ ਸਾਡੇ ਖਡੂਰ ਸਾਹਿਬ ਦੇ ਵਿੱਚ ਵਿਕ ਰਹੀਆਂ। ਪੁਲਿਸ ਵਾਲੇ ਬੰਦੇ ਨੂੰ ਫੜ ਕੇ ਲੈ ਜਾਂਦੇ ਆ ਅਤੇ ਮੁੜ ਕੇ ਉਹਨੂੰ ਛੱਡ ਦਿੰਦੇ ਆ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹ ਤੁਹਾਡੇ ਮੌਤ ਦੀ, ਪੁੱਤਰ ਦੀ ਮੌਤ ਹੋ ਚੁੱਕੀ ਆ, ਕਿੱਥੋਂ ਲਾਸ਼ ਮਿਲੀ ਸੀ? ਲਾਸ਼ ਮੈਂ 8 ਵਜੇ ਮੈਂ ਬਾਜ਼ਾਰ ਦੇ ਵਿੱਚ ਹਾਂ, ਅਤੇ 7:45 ਇਹ ਬਾਹਰ ਗਿਆ, ਅਤੇ ਮੈਂ ਜਦੋਂ 8:15-8 ਵਜੇ ਘਰ ਆਇਆ ਨਾ, ਅਤੇ ਮੈਂ ਆ ਕੇ ਇਹੋ ਬੱਚਿਆਂ ਨੂੰ ਪੁੱਛਦਾ ਨਾ, ਆਪਣੇ ਨੌਂ ਨੂੰ ਅਤੇ ਆਪਣੀ ਮਾਂ ਘਰਦੀ ਨੂੰ ਵੀ ਰਾਜਵੀਰ ਆ ਗਿਆ। ਉਹਨਾਂ ਨੇ ਆਖਿਆ ਵੀ ਰਾਜਵੀਰ ਨਹੀਂ ਆਇਆ ਜੀ, ਅਤੇ ਮੈਂ ਫੋਨ ਲਾਓ, ਉਹਨਾਂ ਨੇ ਫੋਨ ਲਾ ਤਾ ਦੋਵਾਂ ਨੇ, ਅਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਤੇ ਫੋਨ ਮੇਰਾ ਚੁੱਕਿਆ ਉਹਨਾਂ ਨੇ, ਅਤੇ ਮੈਨੂੰ ਕਹਿੰਦਾ ਵੀ ਮੈਂ 5 ਮਿੰਟ 'ਚ ਆ ਗਿਆ ਜੀ, ਮੈਂ ਫਰੂਟੀ ਪੀਣ ਡਿਆ, 5-6 ਮਿੰਟਾਂ 'ਚ ਇੱਥੇ ਚੌਂਕ 'ਚ ਆ ਗਿਆ, ਪਤਾ ਨਹੀਂ ਉਹਨੇ ਨਸ਼ਾ ਕੀਤਾ ਜਾਂ ਕੀ ਕਹਾਣੀ ਆ ਕੀ ਨਹੀਂ, ਉਹ ਆਣ ਕੇ ਇੱਥੇ ਆ ਕੇ ਦੇਖਦਾ ਸਾਰੀ ਡੈਥ ਹੋ ਗਈ, ਬੋਏਗਾੜੀ ਡੈਥ ਹੋਈ, ਬੋਏਗਾੜੀ ਡੈਥ ਹੋਈ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਕੀ ਕਹਿਣਾ, ਸਰਕਾਰਾਂ ਤਾਂ ਆਪਣੀਆਂ ਰੋਟੀਆਂ ਸੇਕਦੀਆਂ, ਕੁਛ ਨਹੀਂ ਕਰਨਾ ਇਹਨਾਂ ਨੇ, ਭਾਵੇਂ ਅਕਾਲੀ ਸਰਕਾਰ ਆ, ਭਾਵੇਂ ਕਾਂਗਰਸ ਸਰਕਾਰ ਆ, ਭਾਵੇਂ ਆਮ ਪਾਰਟੀ ਸਰਕਾਰ ਆ, ਇਹਨਾਂ ਨੇ ਕੁਛ ਨਹੀਂ ਕਰਨਾ, ਠੀਕ ਹੈ ਨਾ। ਇਹ ਤਾਂ ਜੇ ਤਾਂ ਆਪਣੇ ਇਹਨਾਂ ਨੇ ਬੱਚੇ ਬਚਾਉਣੇ ਆ, ਹਰ ਪਿੰਡ ਨੇ, ਹਰ ਗਲੀ ਨੇ, ਹਰ ਘਰ ਵਾਲੇ ਨੇ, ਇਹਨਾਂ ਨੂੰ ਆਪ ਹੀ ਸੁਸਾਇਟੀਆਂ ਬਣਾ ਕੇ ਇਹਨਾਂ ਨੂੰ ਆਪਣਾ ਕੰਮ ਕਰਨਾ ਪਊਗਾ, ਨਹੀਂ ਤਾਂ ਪੰਜਾਬ ਮੁੰਡਿਆਂ ਦਾ ਵਿਹਲਾ ਹੋ ਜੂਗਾ ਜੀ। ਮੈਂ ਤਾਂ ਇਹੋ ਬੇਨਤੀ ਕਰੂੰਗਾ, ਮੇਰਾ ਤਾਂ ਨੌਜਵਾਨ ਪੁੱਤਰ ਇਸ ਵੇਲੇ ਖਤਮ ਹੋ ਗਿਆ ਜੀ। ਚੌਂਕੀ ਤੁਸੀਂ ਸਲਾਹ ਦਿੱਤੀ? ਨਹੀਂ ਜੀ, ਨਹੀਂ ਚੌਂਕੀ ਸਲਾਹ ਦਿੱਤੀ, ਚੌਂਕੀ ਨੂੰ ਤਲਾਹ ਕੀ ਦੇਣੀ ਆ, ਚੌਂਕੀ ਵਾਲੇ ਕਿਤੇ ਪੱਧਰੇ ਬੰਦੇ ਆ, ਚੌਂਕੀ ਵਾਲੇ ਤਾਂ 500 ਰੁਪਈਏ ਜਾਂ 300 ਰੁਪਈਏ ਬੰਦਾ ਛੱਡ ਦਿੰਦੇ ਆ। ਮੈਂ ਪਹਿਲਾਂ ਕਾਂਗਰਸੀ ਹਾਂ, ਕਾਂਗਰਸ ਵਿੱਚ ਬੰਦੇ ਮੈਂ ਆਪ ਖੁਦ ਮੈਂ ਫੜਾਉਂਦਾ ਰਿਹਾ, ਅਤੇ ਸਾਡੇ ਕਾਂਗਰਸ ਦੇ ਬੰਦੇ ਉਹਨਾਂ ਨੂੰ ਉੱਥੇ ਛਡਾ ਲਿਆਉਂਦੇ ਕਿ ਉਹ ਕਦੇ ਅਫਸਰ ਲਗਾ ਸਾਡੇ ਦੇ। ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਵਾ ਪਿਛਲੀ ਸਰਕਾਰ 'ਚ ਚੱਲਦੀਆਂ ਰਹੀਆਂ ਜੀ। ਹਾਂਜੀ ਸਰ, ਇੱਕ ਖਡੂਰ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਰਾਜਵੀਰ ਸਿੰਘ ਨਾਮਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਕੀ ਸਰ ਪਰਿਵਾਰ ਵੱਲੋਂ ਤੁਹਾਡੇ ਧਿਆਨ ਦੇ ਵਿੱਚ ਕੋਈ ਮਾਮਲਾ ਲਿਆਂਦਿਆ ਗਿਆ ਜਾਂ ਤੁਹਾਡੇ ਧਿਆਨ ਦੇ ਵਿੱਚ ਕੋਈ ਮਾਮਲਾ ਇੱਦਾਂ ਦਾ ਹੋਵੇ? ਨਹੀਂ, ਮੈਨੂੰ ਹੁਣ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗਾ ਵਾ ਵੀ ਇਹਦੇ ਇੱਥੇ ਕੋਈ ਓਵਰਡੋਜ਼ ਨਾਲ ਮੌਤ ਹੋਈ ਆ। ਮੇਰੇ ਕੋਈ ਵੀ ਪਰਿਵਾਰਕ ਮੈਂਬਰ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੇਰੇ ਕੋਲ ਇਹੋ ਜਿਹੀ ਇਨਫੋਰਮੇਸ਼ਨ ਨਹੀਂ ਹੈ ਕਿ ਕੋਈ ਓਵਰਡੋਜ਼ ਨਾਲ ਮੌਤ ਹੋਈ। ਸਰ, ਜਿਹੜੇ ਪ੍ਰਸ਼ਾਸਨ ਦੇ, ਸੋ ਫਿਰ ਤੁਸੀਂ ਇਹਨਾਂ ਸਵਾਲਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਕਿਹਾ ਜਾ ਰਿਹਾ ਕਿ ਨਸ਼ਾ ਇੱਥੇ ਸ਼ਰੇਆਮ ਵੇਖ ਰਿਹਾ? ਨਸ਼ਾ ਦੀ ਇੱਕ ਗੋਲੀ ਆ ਜਿਹੜੀ ਆਪਣੇ ਹੋਸਪਿਟਲ ਤੋਂ ਮਿਲਦੀ ਆ, ਇਹ ਜਿਹੜੇ ਟੀਕਾ ਲਾਉਣ ਵਾਲੇ ਨੌਜਵਾਨ ਨੇ ਇਹਦੇ ਵਿੱਚ ਕੁਛ ਹੋਰ ਚੀਜ਼ਾਂ ਮਿਲਾ ਕੇ ਅਤੇ ਇਹਦੇ ਨਾਲ ਟੀਕਾ ਲਾਉਂਦੇ ਨੇ। ਇਹ ਹੋਸਪਿਟਲ ਦੀ ਗੋਲੀ ਜਿਹੜੀ ਆ ਉਹਨੂੰ ਹੀ ਇਹ ਮਤਲਬ ਬਤੌਰ ਨਸ਼ੇ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਨੇ। ਸਰ, ਖਡੂਰ ਸਾਹਿਬ ਵਿੱਚ ਕਹਿੰਦੇ ਨਸ਼ਾ ਬਹੁਤ ਵੇਖ ਰਿਹਾ? ਇਹੋ ਜਿਹੀ ਕੋਈ ਵੀ ਗੱਲ ਨਹੀਂ ਜੀ, ਜਿਹੜੀ ਵੀ ਕੋਈ ਗੱਲ ਸਾਡੇ ਕੋਲ ਸਾਹਮਣੇ ਆਉਂਦੀ ਹੈ ਅਸੀਂ ਤੁਰੰਤ ਉੱਥੇ ਕਾਰਵਾਈ ਕਰਦੇ ਹਾਂ ਅਤੇ ਉਹਨੂੰ ਉਹਦੇ ਖਿਲਾਫ਼ ਕੇਸ ਰਜਿਸਟਰ ਕੀਤਾ ਜਾਂਦਾ।